ਇੱਥੋਂ ਅੱਜ ਹਿਮਾਚਲ ਨੂੰ ਲੋਕ ਜਾਂਦੇ ਆ, ਚਾਹੇ ਉਹ ਪੰਜਾਬੀ ਆ ਕਿੱਸਾਧਾਰੀ ਵੀ ਨਹੀਂ ਗਏ, ਅਤੇ ਉਹਨਾਂ ਦੀ ਕੁੱਟਮਾਰ ਹੁੰਦੀ ਆ। ਸਖ਼ਤ ਕਾਰਵਾਈ ਅਕਾਲੀ ਦਲ ਵੇਲੇ ਜਿਹੜੇ ਹੋਈਆਂ ਸੀ ਬੇਅਦਬੀਆਂ ਉਸ ਵੇਲੇ ਬਣੀ ਸੀ, ਹੁਣ ਤਾਂ ਇਹਨੂੰ ਸੱਤਾ ਤੋਂ ਬਾਹਰ ਹੋ ਗਏ। ਗ੍ਰਿਫਤਾਰੀ ਦੀ ਮੰਗ ਕਰਦਾ ਤਾਂ SGPC ਦੇ ਪ੍ਰਧਾਨ ਸਾਹਿਬ ਸਾਡੇ ਨਾਲ ਨੇ। ਪ੍ਰਧਾਨ ਸਾਹਿਬ ਇੱਕ ਗੱਲ ਜ਼ਰੂਰ ਸਪਸ਼ਟ ਕਰਿਓ ਕਿ ਅੰਦਰ ਡਿਸਕਸ ਹੋਇਆ, ਜਿਹੜੇ ਸਿੱਖ ਮਸਲਿਆਂ 'ਤੇ ਡਿਸਕਸ ਹੋਇਆ, ਖਾਸ ਤੌਰ 'ਤੇ ਉਹਨਾਂ 'ਤੇ ਗੱਲ ਕਰਨੀ ਆ, ਉਹ ਡਿਸਕਸ਼ਨ ਤਾਂ ਹੋਈ, ਚਾਹੇ ਉਹ ਹਿਮਾਚਲ ਵਾਲੀ ਹੋਵੇ ਜਾਂ ਫਿਰ ਸ੍ਰੀ ਸਾਹਿਬ ਵਾਲੀ ਹੋਵੇ ਜਾਂ ਫਿਰ ਯੋਗਾ ਵਾਲੀ ਡਿਸਕਸ਼ਨ ਹੋਵੇ, ਮਸਲਾ ਇਹ ਹੈ ਕਿ ਉਹਦੇ 'ਤੇ ਅੱਗੇ ਅਕਾਲੀ ਦਲ ਕਰ ਕੀ ਰਿਹਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹਦੇ 'ਤੇ ਐਕਸ਼ਨ ਕੀ ਲਿਆ ਜਾਣਾ, ਬੇਸਿਕਲੀ ਗੱਲ ਇਹ। ਦੇਖੋ, ਅੱਜ ਇੱਕ ਵੀ ਸੁਝਾਅ ਇਹ ਵੀ ਆਇਆ ਸੀ ਵੀ ਗਵਰਨਰ ਸਾਹਿਬ ਨੂੰ ਜਾ ਕੇ ਮਿਲੋ ਹਿਮਾਚਲ ਦੇ ਮੁੱਦੇ ਦੇ ਉੱਤੇ, ਕਿਉਂਕਿ ਦੂਜੀ ਕੁੜੀ ਗੁਜਰਾਤ ਵਾਲੀ ਹੈ ਉੱਥੇ ਦੀ, ਅਤੇ ਜਿਹੜੀ ਆਪਣੇ ਹੈਗੀ ਆ ਕਕਾਰਾਂ ਦੀ ਲਾਹੌਰ ਦੀ, ਉਹ ਸ਼੍ਰੋਮਣੀ ਕਮੇਟੀ ਅਸੀਂ ਪਰਸੂ ਕਰਾਂਗੇ, ਲੀਗਲ ਕੋਰਸ ਆਫ ਲਾ ਅਸੀਂ ਕਰਾਂਗੇ ਉਹਨੂੰ ਪਰਸੂ। ਅਕਾਲੀ ਦਲ ਇਸ 'ਤੇ ਇਹੀ ਐਕਸ਼ਨ ਲੈਣ ਜਾ ਰਿਹਾ ਕਿ ਗਵਰਨਰ ਸਾਹਿਬ ਅਕਾਲੀ ਦਲ ਨੂੰ ਅੰਦਰ ਸੁਝਾਅ ਆਇਆ ਸੀਗਾ, ਪ੍ਰਧਾਨ ਜੀ ਨੂੰ ਸੁਝਾਅ ਦਿੱਤਾ ਸੀ ਵੀ ਜੇ ਇੱਥੋਂ ਅੱਜ ਹਿਮਾਚਲ ਨੂੰ ਲੋਕ ਜਾਂਦੇ ਆ, ਚਾਹੇ ਉਹ ਪੰਜਾਬੀ ਆ ਕਿੱਸਾਧਾਰੀ ਵੀ ਨਹੀਂ ਗਏ, ਅਤੇ ਉਹਨਾਂ ਦੀ ਕੁੱਟਮਾਰ ਹੁੰਦੀ ਆ, ਅਤੇ ਕੋਈ ਵਧੇਰੇ ਪ੍ਰਧਾਨ ਜੀ ਕੁਛ ਸਵਾਲ ਇਸ ਤਰ੍ਹਾਂ ਦੇ ਵੀ ਉੱਠਦੇ ਆ ਕਿ ਠੀਕ ਹੈ, ਇੱਕ ਲੈਟਰ ਲਿਖ ਦਿੱਤੀ ਜਾਂਦੀ ਹੈ, ਸ਼ਿਕਾਇਤ ਕਰ ਦਿੱਤੀ ਜਾਂਦੀ ਹੈ ਪੁਲਿਸ ਦੇ ਕੋਲ, ਏਡੀ ਵੱਡੀ ਸੰਸਥਾ ਹੈ, ਪਰ 295 ਵਰਗੇ ਮਾਮਲੇ ਕਿੰਨੇ ਕੁ ਲੋਕਾਂ 'ਤੇ ਦਰਜ ਹੋਏ, ਇਹਦੇ 'ਤੇ ਕੋਈ ਸਖ਼ਤ ਕਾਰਵਾਈ ਹੁੰਦੀ ਨਹੀਂ? ਜੇ ਸਖ਼ਤ ਕਾਰਵਾਈ ਹੋਈ ਹੁੰਦੀ ਤਾਂ ਲੋਕ ਅਜਿਹਾ ਕਰਨੀ ਕਿਉਂ ਉੱਥੇ ਜਾ ਕੇ ਅਜਿਹੇ ਫੈਸਲੇ? ਦੇਖੋ, ਸਖ਼ਤ ਕਾਰਵਾਈ ਅਕਾਲੀ ਦਲ ਵੇਲੇ ਜਿਹੜੇ ਹੋਈਆਂ ਸੀ ਬੇਅਦਬੀਆਂ ਉਸ ਵੇਲੇ ਬਣੀ ਸੀ, ਹੁਣ ਤਾਂ ਇਹਨੂੰ ਸੱਤਾ ਤੋਂ ਬਾਹਰ ਹੋ ਗਏ, ਹੁਣ ਜੇ ਆਪਾਂ ਸੈਂਟਰ ਤੋਂ ਮੰਗ ਕਰਦੇ ਜਾਂ ਪੰਜਾਬ ਤੋਂ ਕਰਦੇ। ਸ਼੍ਰੋਮਣੀ ਕਮੇਟੀ ਦੇ ਐਂਡ 'ਤੇ ਗੱਲ ਕਰ ਰਿਹਾ ਮੈਂ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਆਪਣਾ ਕੋਈ ਲੀਗਲ ਬਾਈਂਡਿੰਗ ਫੋਰਸ ਥੋੜਵਾ, ਅਸੀਂ ਕੋਈ ਲਾਅ ਵਾਈ ਨਾ ਵੀ ਜੇ ਆਪਾਂ ਕੋਈ ਸਾਡੇ ਕੋਲ ਕੌਨਸਟੀਟਿਊਸ਼ਨਲ ਇਹੋ ਹੀ ਆ ਨਾ ਸਾਡੇ ਕੋਲ, ਅਤੇ ਸਾਡੇ ਕੋਈ ਅਧਿਕਾਰ ਥੋੜੂ ਆ ਵੀ ਕਿਸੇ ਨੂੰ ਅਸੀਂ ਕ੍ਰਸ਼ ਕਰ ਸਕਦੇ, ਪੈਰਵਾਈ ਕਰਨਾ, ਫਿਰ ਉਸ ਮਾਮਲੇ ਨੂੰ ਸਿਰੇ ਤੱਕ ਪਹੁੰਚਾਉਣਾ ਗਲਤ ਹੈ, ਇਹ ਸਵਾਲ ਤਾਂ ਇਸ ਪੂਰੇ ਕਰਦੇ ਹਾਂ। ਬੇਅਦਬੀਆਂ ਵਾਲੇ ਹੋਏ ਪਿੱਛੇ ਅਨੰਦਪੁਰ ਸਾਹਿਬ ਵਾਲਾ 5 ਸਾਲ ਲਈ ਕੈਦ ਹੋਇਆ, ਅਤੇ ਅਸੀਂ ਜਿੱਥੇ ਪਰਸੂ ਕਰਨੇ ਹੁੰਦੇ ਕਰਦੇ ਹਾਂ। ਇਸ ਮਾਮਲੇ 'ਤੇ ਯੋਗਾ ਵਾਲੇ ਮਾਮਲੇ 'ਤੇ ਕੀ ਅਗਲੀ ਕਾਰਵਾਈ ਹੈ? ਅਗਲੀ ਕਾਰਵਾਈ ਕੀ ਉਹ 'ਤੇ 295 FIR ਦਰਜ ਹੋਈ? ਗ੍ਰਿਫਤਾਰੀ ਦੀ ਮੰਗ ਕਰਦੇ ਹਾਂ। ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿੰਦੇ ਆ ਕਿ ਸਾਡੇ ਵੱਲੋਂ ਸਿਰਫ ਇਹ ਕੀਤਾ ਜਾ ਸਕਦਾ ਕਿ ਅਸੀਂ ਇੱਕ ਸ਼ਿਕਾਇਤ ਜਿਹੜੀ ਹੈ ਉਹ ਦੇ ਸਕਦੇ ਹਾਂ ਔਰ ਉਸ 'ਤੇ ਕਾਰਵਾਈ ਕਰਵਾਉਣ ਦੇ ਵਾਸਤੇ ਉਹ ਕਹਿੰਦੇ ਮੰਗ ਅਸੀਂ ਜ਼ਰੂਰ ਕਰਦੇ ਹਾਂ, ਨਾਲ ਉਸ ਦੀ ਪੈਰਵਾਈ ਵੀ ਕਰਦੇ ਹਾਂ, ਪਰ ਸਵਾਲ ਬਹੁਤ ਸਾਰੇ ਨੇ ਕਿ ਸ਼੍ਰੋਮਣੀ ਕਮੇਟੀ ਜੇਕਰ ਪੈਰਵਾਈ ਕਰਦੀ ਹੈ ਤਾਂ ਕਿੰਨੇ ਕੁ ਲੋਕਾਂ 'ਤੇ ਹੁਣ ਤੱਕ ਉਸ ਪੈਰਵਾਈ ਦੇ ਅਧੀਨ 295 ਵਰਗੇ ਮਾਮਲੇ ਦਰਜ ਹੋਏ ਆ, ਚਾਹੇ ਉਹ ਲੜਕੀ ਦੇ ਵੱਲੋਂ ਇਸ ਵੇਲੇ ਪ੍ਰਕਰਮਾਂ ਦੇ ਵਿੱਚ ਬਹਿ ਕੇ ਯੋਗਾ ਕਰਨ ਵਰਗੀ ਪ੍ਰਕਿਰਿਆ ਹੋਵੇ, ਉਹ ਕਹਿੰਦੇ ਕਿ ਹਾਲੇ ਤੱਕ ਅਸੀਂ ਉਸ ਦੀ ਮੰਗ ਕਰ ਰਹੇ ਹਾਂ, ਇਹ ਮੰਗ ਕਦੋਂ ਸਿਰੇ ਚੜ੍ਹਦੀ ਹੈ ਅਤੇ ਇਸ ਦੀ ਪੈਰਵਾਈ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ, ਇਹ ਹਵਾ 'ਚ ਲਟਕਦਾ ਹੋਇਆ ਸਵਾਲ ਹੈ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਚੰਡੀਗੜ੍ਹ।